ਲਈ ਬਾਹਰ ਆਉਣ ਲਈ ਤਿਆਰ ਹੋਣ ਲਈ ਫਰੈਂਡਸ ਨੂੰ ਮਿਲਣ ਲਈ ਸਹੇਲੀਆਂ ਮਿਲਦੀਆਂ ਨੇ ਨੱਚਦੀਆਂ ਗਾਉਂਦੀਆਂ ਨੇ ਆਪਣੇ ਦਿਲਾਂ ਦੀਆਂ ਗੱਲਾਂ ਕਰਦੀਆਂ ਨੇ ਔਰ ਅਸੀਂ ਖਾਲਸਾ ਕਾਲਜ ਦੇ ਵਿਹੜੇ 'ਚ ਅੱਜ ਇਕੱਠੇ ਹੋਏ ਹਾਂ ਟੂ ਸੈਲੀਬ੍ਰੇਟ ਦਿਸ ਫੈਸਟੀਵਲ ਕੋਵਿਡ ਦੇ ਬਾਅਦ ਤਾਂ ਬਹੁਤ ਹੀ ਅੱਛਾ ਲੱਗ ਰਿਹਾ ਮਸਾਂ ਹੀ ਮੌਕਾ ਮਿਲਿਆ ਸਾਰਿਆਂ ਨੂੰ ਬਾਹਰ ਨਿਕਲਣ ਦਾ ਕੋਵਿਡ ਦੇ ਵਿੱਚ ਅੰਦਰ ਹੀ ਬੈਠ ਗਏ ਸੀ ਔਰ ਸਾਰਿਆਂ ਨੇ ਤਿਆਰ ਤਿਉਰ ਹੋ ਕੇ ਇੰਜੋਏ ਕਰ ਰਹੇ ਨੇ ਖਾਲਸਾ ਕਾਲਜ ਦੇ ਵਿਹੜੇ 'ਚ ਕਿਤਨੀ ਕਿਤੇ ਪੰਜਾਬੀ ਕਲਚਰ ਦਾ ਸਾਡਾ ਵੈਸਟਰਨ ਕਲਚਰ ਦੇ ਕਾਰਨ ਖਤਮ ਹੁੰਦਾ ਜਾ ਨਹੀਂ ਇਹਨੂੰ ਨਵੀਂ ਪੀੜ੍ਹੀ ਵੀ ਹੁਣ ਅੱਗੇ ਲੈ ਕੇ ਆ ਰਹੀ ਹੈ ਐਸੀ ਗੱਲ ਨਹੀਂ ਹੌਲੀ ਹੌਲੀ ਇਹ ਸਕੂਲਾਂ ਕਾਲਜਾਂ 'ਚ ਇਹਨੂੰ ਬਹੁਤ ਮਹੱਤਵ ਦਿੱਤਾ ਜਾ ਰਿਹਾ ਤਾਂ ਕਿ ਅਸੀਂ ਭੁੱਲ ਨਾ ਸਕੀਏ ਪਿੰਡਾਂ 'ਚੋਂ ਇਹ ਖਤਮ ਹੋ ਗਿਆ ਸੀ ਜਿਵੇਂ ਕਿ ਪਹਿਲਾਂ ਪਿੰਡਾਂ 'ਚ ਕੁੜੀਆਂ ਆਉਂਦੀਆਂ ਸੀ ਆਪਣੇ ਪੇਕੇ ਅਤੇ ਸਾਰੀਆਂ ਫਰੈਂਡਸ ਇਕੱਠੀਆਂ ਹੋ ਕੇ ਗਿੱਧੇ ਪਾਉਂਦੀਆਂ ਸੀ ਗਾਉਂਦੀਆਂ ਸੀ ਪਰ ਉਹ ਪਿੰਡਾਂ 'ਚੋਂ ਲੋਕ ਫੋਨ ਕਰਕੇ ਹੀ ਹੁਣ ਇਸ ਚੀਜ਼ ਨੂੰ ਕਾਲਜ ਸਕੂਲਸ ਦੇ ਵਿੱਚ ਮਹੱਤਤਾ ਦਿੱਤੀ ਜਾ ਰਹੀ ਸੋ ਦੈਟ ਉਹਨਾਂ ਨੂੰ ਬੱਚਿਆਂ ਨੂੰ ਜਾਗਰੂਕ ਕਰਾਇਆ ਜਾ ਸਕੇ ਇਸ ਬਾਰੇ ਕਿ ਤਿਉਹਾਰ ਮਨਾਉਣੇ ਚਾਹੀਦੇ ਨੇ ਇਹ ਸਾਡਾ ਕਲਚਰ ਹੈ ਸਾਡਾ ਪਿਛੋਕੜ ਨੇ ਮਹੱਤਵ ਕੀ ਹੈ ਸਾਉਣ ਦੇ ਮਹੱਤਵ ਪਹਿਲੇ ਜ਼ਮਾਨੇ 'ਚ ਤਾਂ ਇਹਦਾ ਹੋਰ ਸੀ ਜੀ ਪਹਿਲੇ ਜ਼ਮਾਨੇ 'ਚ ਤਾਂ ਇਹਦਾ ਇਹ ਹੀ ਮਹੱਤਵ ਸੀਗਾ ਕਿ ਕੁੜੀਆਂ ਪੇਕੇ ਜਾਂਦੀਆਂ ਸੀ ਔਰ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਦੀਆਂ ਸੀ ਔਰ ਇਕੱਠੀਆਂ ਹੋ ਕੇ ਇੱਕ ਜਗ੍ਹਾ ਗਿੱਧੇ ਪਾਉਂਦੀਆਂ ਸੀ ਅਤੇ ਅੱਜ ਕੱਲ੍ਹ ਇਹਦਾ ਤੁਸੀਂ ਇਹ ਕਹਿ ਸਕਦੇ ਹੋ ਕਿ ਲਾਈਫ ਇੰਨੀ ਬਿਜ਼ੀ ਹੈ ਸਾਰਿਆਂ ਕੋਲ ਟਾਈਮ ਨਹੀਂ ਹੈ ਇਹ ਇੱਕ ਬਹਾਨਾ ਮਿਲ ਜਾਂਦਾ ਸਭ ਨੂੰ ਟਾਈਮ ਕੱਢਣਾ ਪੈਂਦਾ ਸਾਰੇ ਕੱਢ ਕੇ ਟਾਈਮ ਔਖੇ ਸੌਖੇ ਇੱਕ ਦਿਨ ਸਾਰੇ ਇਕੱਠੇ ਹੁੰਦੇ ਨੇ ਇੰਜੋਏ ਕਰਦੇ ਮੋਬਾਈਲ ਇੰਟਰਨੈਟ ਫਾਸਟ ਜਿਹੜੀ ਟੈਕਨੋਲੋਜੀ ਆ ਰਹੀ ਹੈ ਉਹਦੇ ਨਾਲ ਖਤਮ ਹੁੰਦੇ ਜਾ ਰਹੀ ਹੈ ਜੋ ਸਾਡੇ ਹਾਂ ਖਤਮ ਹੁੰਦੇ ਜਾ ਰਹੇ ਫਿਰ ਇਹੀ ਹੈ ਉਹਨਾਂ ਨੂੰ ਸੈਲੀਬ੍ਰੇਟ ਕਰਨਾ ਇਕੱਠੇ ਹੋਣਾ ਮਨਾਉਣਾ ਚਾਹੀਦਾ ਤਾਂ ਕਿ ਸਾਰੇ ਬਾਹਰ ਆ ਸਕਣ ਉਸ ਚੀਜ਼ 'ਚੋਂ ਥੋੜ੍ਹੇ ਟਾਈਮ ਲਈ ਜੀ ਮੇਰਾ ਨਾਮ ਡਾਕਟਰ ਸੁਰਿੰਦਰ ਕੌਰ ਪ੍ਰਿੰਸੀਪਲ ਖਾਲਸਾ ਕਾਲਜ ਫੋਰ ਵਿਮੈਨ ਜਿਸ ਦੇ ਵਿਹੜੇ ਦੇ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਤੀਆਂ ਦੇ ਤਿਉਹਾਰ ਦੇ ਜਿਹੜਾ ਅਸੀਂ ਮਨਾ ਰਹੇ ਹਾਂ ਉਹਦੇ ਵਿੱਚ ਮੁੱਖ ਮਹਿਮਾਨ ਮੈਡਮ ਸ਼ੀਨਾ ਜੀ ਹਨ ਮੈਡਮ ਤਜਿੰਦਰ ਕੌਰ ਸ਼ੀਨਾ ਜੀ ਉਹ ਮੁੱਖ ਮਹਿਮਾਨ ਤੌਰ 'ਤੇ ਆਏ ਹਨ ਔਰ ਸਾਰੇ ਸਾਡਾ ਸਟਾਫ ਮੈਂਬਰਸ ਇਸ ਕੋਵਿਡ ਦੇ ਟਾਈਮ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਨਹੀਂ ਬੁਲਾ ਸਕੇ ਬਟ ਸਾਰਾ ਸਟਾਫ ਜਿਹੜਾ ਵੈ ਉਹ ਪੀਂਘ ਝੂਟ ਰਹੇ ਨੇ ਔਰ ਬੋਲੀਆਂ ਪਾਈਆਂ ਜਾ ਰਹੀਆਂ ਨੇ ਪੁਰਾਣਾ ਜਿਹੜਾ ਸਾਡਾ ਵਿਰਸਾ ਹੈ ਜਿਹੜਾ ਸੱਭਿਆਚਾਰ ਹੈ ਉਹਨੂੰ ਦੁਬਾਰਾ ਤੋਂ ਜਾਗਰਿਤ ਕੀਤਾ ਜਾ ਰਿਹਾ ਹੈ ਧੰਨਵਾਦ ਇਹ ਸਾਡਾ ਜਿਹੜਾ ਤੀਆਂ ਦਾ ਤਿਉਹਾਰ ਹੈ ਹਰ ਸਾਲ ਸਾਡੇ ਕਾਲਜ ਦੀ ਰਿਵਾਇਤ ਹੈ ਇੱਥੇ ਮਨਾਇਆ ਜਾਂਦਾ ਹੈ ਔਰ ਆਪਣੀ ਜਿਹੜੀ ਹੈ ਪਰੰਪਰਾ ਹੈ ਇਹਨੂੰ ਜਾਗਰਿਤ ਰੱਖਿਆ ਜਾਂਦਾ ਹੈ ਥੈਂਕ ਯੂ ਅਬਾਜੀਕਮ ਟੀਵੀ ਲਈ ਅੰਮ੍ਰਿਤਸਰ ਤੋਂ ਹਿਮਾਂਸ਼ੂ ਸ਼ਰਮਾ ਦੀ ਰਿਪੋਰਟ